ਅਗਲੇ ਮਹੀਨੇ ਸਟੇਟ ਅਥਲੈਟਿਕ ਮੀਟ ਹੈ। ਇਸ ਵਾਰ ਚੋਟੀ ਚੋਟੀ ਦੇ ਪਲੇਅਰ ਆ ਰਹੇ ਨੇ। ਦੇਖੀ ਕਿਤੇ ਬੇਇੱਜ਼ਤੀ ਨਾ ਕਰਾ ਦੀ, ਬਸ ਇੱਕ ਵਾਰੀ ਗੋਲਡ ਲਿਆ। ਤੇਰੀ ਜੌਬ ਦੀ ਜ਼ਿੰਮੇਵਾਰੀ ਮੇਰੀ। ਕੀ ਗੱਲ ਕਰਦੇ ਹੋ ਸਰ, ਤੁਹਾਡਾ ਸ਼ਗਿਰਦ ਹੈ ਗੋਲਡ ਨਹੀਂ ਰਿਕਾਰਡ ਤੋੜੇਗਾ, ਰਿਕਾਰਡ ਚੀਤਾ ਤਾਂ ਆਪਣਾ ਹੀ ਭੱਜੂ। ਸਤਿ ਸ਼੍ਰੀ ਅਕਾਲ ਕੋ ਸਾਹਿਬ। ਸਤਿ ਸ਼੍ਰੀ ਅਕਾਲ ਕੋ ਸਾਹਿਬ। ਭੱਜਣ ਦਾ ਮੌਕਾ ਮਿਲ ਜਾਏਗਾ ਜੀ ਮੈਨੂੰ ਵੀ? ਜਦੋਂ ਝਾੜੂ ਲਾਉਣ ਦਾ ਕੰਪੀਟੀਸ਼ਨ ਹੋਇਆ ਨਾ, ਉਦੋਂ ਬੁਲਾਵਾਂਗੇ ਤੈਨੂੰ। ਜਾ। ਉਹ ਨਿੱਕੇ ਹੁੰਦੇ ਬਹੁਤ ਭੱਜਦਾ ਰਿਹਾ ਜੀ ਜੀ, ਇੱਕ ਮੌਕਾ ਚਾਹੀਦਾ ਬਸ। ਤੈਨੂੰ ਸੁਣਦਾ ਨਹੀਂ ਜੀ? ਇੱਕ ਮੌਕਾ ਚਾਹੀਦਾ ਬਸ। ਜਾ। ਭੱਜ ਲੈਣ ਦੋ ਕੋਚ ਸਾਹਿਬ, ਵਾਹ ਵਾਹੀ ਕਹਿ ਰਿਹਾ। ਓਏ ਇੱਕ ਕੰਮ ਕਰ, ਤੂੰ ਮੇਰੇ ਸ਼ੇਰ ਨਾਲ 100 ਮੀਟਰ ਦੀ ਰੇਸ ਲਾ, ਜਿੱਤਣ ਦੀ ਗੱਲ ਛੱਡ। 10 ਮੀਟਰ ਦੇ ਫਾਸਲੇ ਨਾਲ ਹਾਰ ਵੀ ਗਿਆ ਨਾ, ਤੈਨੂੰ ਤਿਆਰੀ ਕਰਾਉਣ ਦੀ ਜ਼ਿੰਮੇਵਾਰੀ ਮੇਰੀ, ਠੀਕ ਹੈ ਸ਼ੇਰਾ? ਹੋਰ? ਹਾਂ ਮੈਂ ਭੱਜਾਂਗਾ, ਇੱਕ ਦਿਨ ਇੰਡੀਆ ਲਈ ਭੱਜਾਂਗਾ, ਮੈਂ ਭੱਜਾਂਗਾ ਇੰਡੀਆ ਲਈ। ਜੋ ਵੇਖਿਆ। ਸ਼ਾਬਾਸ਼, ਤੇਰੀ ਜਿੱਤ ਵੱਟ ਤੇ ਹੈ, ਬਸ ਇੱਕ ਛਾਲ ਰਹਿ ਗਈ, ਵਾਕਈ ਤੂੰ ਜਿੱਤ ਜਾਏਗਾ। ਸ਼ੇਰ ਹੈ ਤੂੰ। ਕਿਹਾ ਤਾਂ ਹੈ ਸਰ, ਚੀਤਾ ਤਾਂ ਆਪਣਾ ਹੀ ਭੱਜੂ। ਰੇਸ ਹੋ ਗਈ ਹੈ ਸਟਾਰਟ ਤੇ, ਆ ਕੌਣ ਆ ਗਿਆ ਮੁੰਡੇ? ਉਹ ਕਿੱਥੋਂ ਆ ਗਿਆ ਮੁੰਡਾ? ਹਵਾ ਨਾਲ ਹੀ ਗੱਲਾਂ ਕਰਦਾ ਜਾਂਦਾ, ਲਟ ਲਟ ਕਰਦੀ ਬਾਡੀ ਮੁੰਡੇ ਦੀ, ਚੀਤੇ ਵਰਗੀ ਚਾਲ ਮੁੰਡੇ ਨੇ ਪੱਬਾਂ ਤੇ ਖੜੇ ਕਰਾਤੇ ਬੰਦੇ। ਹੁਣ ਫਾਈਨਲ ਟੱਕਰ ਜ਼ਬਰਦਸਤੀ ਹੋਣੀ ਹੈ ਲੱਗਦਾ ਦਰਸ਼ਕੋ, ਮੋਹਣੀ ਕੋਚ ਦੇ ਫੇਵਰੇਟ ਐਥਲੀਟ ਦੇ ਨਾਲ ਬੱਲੇ ਬੱਲੇ ਕਰਾਤੀ ਮੁੰਡੇ ਨੇ। ਓਏ ਕੋਈ ਨੀ ਕੋ ਸਾਹਿਬ, ਤੁਹਾਡੀ ਕਿਸੇ ਸਟੂਡੈਂਟ ਦਾ ਫੋਨ ਮਿਲਿਆ ਜੀ। ਨਾਲੇ ਥੈਂਕ ਯੂ, ਤੁਸੀਂ ਮੈਨੂੰ ਭੱਜਣ ਦਾ ਮੌਕਾ ਦਿੱਤਾ।